मैनू तो बड़ा वधिया घर लगा वे किड्डा सोहना आले दुआले खुला डुला किते रहण बहन नू वधिया था चीजां वेखो मेरी नहीं सोहणियां होर पुत तुहानू की चाहिए ना पसंद आ ना तुहानू तू दस पुत बड़ा सोहना घर है मैं ते पहले ही वेख के गई हां चल पुत वधिया होया महाराज ने किते हन भी चंगे घर बठा लिया सारी उम्र नांगी हड्डी गरीबी विच वधिया ना होने ही चंगे दिन तू ही फिकर करते बैग ना टाइम ना वेस्ट करो हुणे दसो कने पानी पूनी पीना ते लियावा नहीं पुत मेरा ते नहीं पीना कुड़िया तुसी दस्सो दोवां जणियां ते किसे ने पानी पीना ओ नहीं अम्मी पानी दा की पीना मैं गड्डी च ते आई हां अहीं केड़ा तुर के आए हां ते उठो तां ते आ रखो समान समून नाले कमरे रखी नाले चलो आ जाओ तुसी भी आ जाओ बड़ा समान दे दे ਉਹ ਤੁਸੀਂ ਵੇਖ ਜਾ ਚਲੋ ਆਪਣਾ ਜੋ ਵੇਖਣਾ ਵਾ ਮੈਂ ਕੀ ਆਉਣਾ ਮੈਂ ਤੇ ਆ ਗਿਆ ਜਿੱਥੇ ਆਉਣਾ ਸੀ ਲਿਆਏ ਬੰਨ ਬੁੰਨ ਕੇ ਮੈਨੂੰ ਲੈ ਪੁੱਤ ਕਮਰਾ ਤੇ ਸੋਹਣਾ ਹੀ ਬੜਾ ਸੋਹਣਾ ਵਾ ਨਾ ਉਹ ਏਸੀ ਵੀ ਲੱਗਾ ਉਹਤੇ ਇਦਾਂ ਦਾ ਤੇਰੇ ਸਹੁਰੇ ਵੀ ਲੱਗਾ ਹੁੰਦਾ ਸੀ ਆਹੋ ਲੈ ਹੁਣ ਆਪਾਂ ਵੀ ਠੰਡੇ ਥਾਂ ਵਿਆਹ ਕਰਾਂਗੇ ਪੁੱਤ ਆਪਾਂ ਮਾਂ ਧੀ ਨੇ ਨਾ ਦੋਵੇਂ ਇੱਥੇ ਸਜਾ ਕਰਾਂਗੇ मुंडे मुंडे करते रहिंदे आ भी मुंडे आ करदे ओ करदे की गलती अजकल घट वा ਪੁੱਤ ਚੱਕੀ ਆਪਾਂ ਵੀ ਇਦਾਂ ਕਰਕੇ ਉਹ ਮਾਵਾਂ ਧੀਆਂ ਵੇਖਣੀਆਂ ਰੂਮ ਤੇ ਆਪਾਂ ਵੀ ਕੋਈ ਵੇਖ ਲਈਏ ਇਹ ਨਾ ਹੋਏ ਕਿ ਚੰਗਾ ਉਹ ਵੇਖ ਲੈਣ ਸਦ ਮੇਰੀ ਸੁਣ ਗੱਲ ਗੱਲ ਤਾਂ ਸਾਡੀ ਏਸੀ ਦੀ ਆ ਏਸੀ ਦੋਵਾਂ ਰੂਮਾਂ 'ਚ ਲੱਗਾ ਵਾ ਜਿਹੜਾ ਮਰਜ਼ੀ ਮੰਨ ਲਈ ਤੂੰ ਚੱਲ ਇਹ ਤੇ ਹੈਗਾ ਪਰ ਇਹ ਨਾ ਹੋਏ ਮੰਮੀ ਡੈਡੀ ਨੂੰ ਮੰਨ ਲੈਣ ਉਹ ਕਿਤੇ ਨਹੀਂ ਮੰਨਦੇ ਯਾਰ ਤੂੰ ਇਹਨਾਂ ਪਤਾ ਨਹੀਂ ਕਿਹੜੀਆਂ ਗੱਲਾਂ ਲੈ ਕੇ ਬਹਿ ਜਾਣੀ ਆ ਚੱਲ ਆ ਫਿਰ ਵੇਖ ਲੈਣੀ ਕੋਈ ਨਾ ਕੋਈ ਚੱਲ ਆ ਜਾ ਚੰਗੀ ਮਾੜੀ ਨਾ ਕਰੀ ਕੱਲ ਨੂੰ ਉਹਦਾ ਵਿਆਹ ਕਰ ਦੇਣਾ ਆਪਾਂ ਕਿਤੇ ਚੰਗਾ ਮਾੜਾ ਵੇਖ ਕੇ ਆਪੇ ਨੇ ਚਲ ਜਾਣਾ ਇਥੋਂ ਤਾਂ ਸਾਰਾ ਕੁਝ ਸਾਡਾ ਹੀ ਹੈ ਤੇ ਫਿਰ ਸਾਨੂੰ ਬੈੱਡ ਲੈਣ ਦੀ ਵੀ ਕੋਈ ਲੋੜ ਨਹੀਂ ਆ ਤਾਂ ਮੈਂ ਤਾਂ ਹੀ ਕਹਿ ਰਿਹਾ ਸਾਡਾ ਹੀ ਹੈ ਨਾ ਕੀ ਲੋੜਾ ਖਰਚਾ ਕਰਨ ਦੀ ਹਨਾ ਤੇ ਬਾਕੀ ਬਾਕੀ ਸਟੋਰ ਵੀ ਹੈਗਾ ਜੀ ਪਿੱਛੇ ਸਟੋਰ ਆ ਇੱਥੇ ਵੀ ਹੈਗਾ ਦੂਜੇ ਰੂਮ 'ਚ ਵੀ ਹੈਗਾ ਵਧੀਆ ਨਾ ਦੋ ਵਾ ਮੈਂ ਸਪਾਈਸ ਕੋਈ ਕਰਨ ਵਾਲੀ ਆ ਉਹ ਕਰ ਲਈ ਜੱਪੀ ਵਧੀਆ ਹੋ ਜਾਣਾ ਘਰ ਨਹੀਂ ਜੋ ਵੀ ਹੈ ਨਾ ਵਧੀਆ ਛੜਨਾ ਤੈਨੂੰ ਪਤਾ ਉਥੋਂ ਮਾੜੇ ਘਰ 'ਚ ਨਿਕਲ ਕੇ ਵਧੀਆ ਘਰ ਦੇ ਵਿੱਚ ਆਏ ਆ ਮਸ਼ੀਨ ਵੀ ਹੈਗੀ ਜੀ ਕੱਪੜੇ ਕੁਪੜੇ ਸੀਵਾ ਕਰਾਂਗੇ ਮਸ਼ੀਨ ਤੇ ਤੂੰ ਦਾੜੀਆਂ ਕਰਕੇ ਜਿੱਦਾਂ ਤੈਨੂੰ ਬੜੀ ਜਾਚ ਆ ਲੇਡੀ ਸੀਂ ਦੀ ਉਹ ਚੱਲ ਬੋਲੀਆਂ ਗੱਲਾਂ ਨਾ ਘਰ ਆ ਚਲੀਏ ਪਰ ਹੋਣੀ ਚਾਹੀਦੀ ਹੈ ਨਾ ਘਰ ਚਲ ਆ ਜੋ ਬਾਕੀ ਤੋਂ ਮੰਮੀ ਸਾਰਿਆਂ ਨੇ ਕਮਰੇ ਮੰਨ ਲਏ ਆ ਅਸੀਂ ਵੀ ਮੰਨ ਲਿਆ ਆ ਤੇ ਸ਼ਰਨ ਭਾਬੀ ਹੁਣਾਂ ਨੇ ਵੀ ਇਹ ਦੱਸੋ ਵੀ ਹੁਣ ਡੈਡੀ ਕਿੱਥੇ ਸੌਣਗੇ ਰਾਤ ਨੂੰ ਤੁਸੀਂ ਉਧਰਲੇ ਮੰਨ ਲਏ ਤੇ ਚੱਲ ਮੈਂ ਇੱਥੇ ਮੰਡੀ ਡਾ ਲਿਆ ਕਰਾਂਗਾ ਮੈਂ ਇੱਥੇ ਸੌਂ ਜਾ ਕਰੂੰਗਾ ਵੀ ਚੰਗਾ ਭਲਾ ਇਹਨੂੰ ਕਿਹਾ ਵਾ ਉਹ ਨਹੀਂ ਡੈਡੀ ਇਹ ਡਰਾਇੰਗ ਰੂਮ ਆ ਇੱਥੇ ਆਇਆ ਗਿਆ ਹੋਵੇ ਨਾ ਉਹ ਬੈਂਦਾ ਖਲੋਂਦਾ ਆ ਇਹ ਸੌਣ ਵਾਲਾ ਕਮਰਾ ਨਹੀਂ ਨਾ ਹੁੰਦਾ ਨਾਲੇ ਸਿਆਣੇ ਬੰਦੇ ਦਾ ਫਰਜ਼ ਹੁੰਦਾ ਉੱਥੇ ਬਰਾਂਡੇ 'ਚ ਪਵੀ ਜੇ ਕੋਈ ਆ ਜਾਏ ਤਾਂ ਆਵਾਜ਼ ਤਾਂ ਮਾਰੂਗਾ ਆਵਾਜ਼ ਦੇ ਦੇਂਗਾ ਰਪਿੰਦਰ ਕੋਈ ਗੱਲ ਨਹੀਂ ਜੇ ਇਹ ਕਮਰਾ ਆਏ ਗਏ ਵਾਸਤੇ ਆ ਨਾ ਤੇ ਮੇਰੀ ਕਿਹੜੀ ਗੱਲ ਵਾ ਨਾਲੇ ਤੁਸੀਂ ਜ਼ਿਆਦਾ ਸੋਲ ਜੇ ਸਾਰੇ ਤੁਹਾਨੂੰ ਗਰਮੀ ਬਹੁਤੀ ਲੱਗਦੀ ਆ ਮੇਰਾ ਕੀ ਆ ਮੈਂ ਤਾਂ ਉੱਥੇ ਛੱਤ 'ਤੇ ਮੰਜਾ ਡਾ ਕੇ ਸੌਂ ਜਾਊਂਗਾ ਮੰਮੀ ਛੱਡੋ ਇਹ ਗੱਲਾਂ
ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਜੇ? ਇੱਦਾਂ ਕਰੋ ਚਾਹ ਬਣਾ ਕੇ ਪੀਨੇ ਆ, ਬੜਾ ਦਿਲ ਕਰਨ ਡਿਆ ਮੇਰਾ। ਚਾਹ ਬਣਾ ਲਿਆ ਮਿਲਤੀ, ਪਰ ਘਰ ਦਾ ਦੁੱਧ ਨਹੀਂ ਹੋਣਾ। ਦੁੱਧ ਹੁਣ ਮੰਗਾਓ ਨਾ ਕਿਤੋਂ, ਫਿਰ ਏਦਾਂ ਤੇ ਨਹੀਂ ਗੱਲ ਬਣਨੀ। ਚੱਲ ਜੱਗੀ ਨੂੰ ਸੁਣਾ ਦਿੰਦੇ ਆ ਕਿ ਅਸੀਂ ਚਾਹ ਬਣਾਉਂਦੇ ਆ, ਤੂੰ ਪੁੱਤ ਜਾ ਕੇ ਘੁੱਟ ਦੁੱਧ ਲੈ ਆ। ਮਿਲ ਜਾਏਗਾ ਇੱਥੋਂ? ਆਹੋ, ਕਿਤੇ ਦੁਕਾਨ ਕਿਸੇ ਤੋਂ ਪਤਾ ਲੱਗ ਜਾਣਾ, ਮਿਲ ਹੀ ਜਾਂਦਾ। ਆਹੋ ਚਲੋ ਲਿਆ ਦੋਗੇ? ਚਿੰਤਾ ਨਾ ਕਰੋ ਕਿਸੇ ਵੀ ਗੱਲ ਦੀ, ਔਰ ਨਾਲ ਤਾਂ ਡੇਰੀ ਆ ਤੇ ਮੈਂ ਜਾ ਕੇ ਦੁੱਧ ਲੈ ਆਉਣਾ ਵਾ। ਸ਼ਰਨ ਤੋਂ ਇੱਦਾਂ ਕਰ, ਧਾਰ ਚਾਹ ਤੇ ਮੈਂ ਆਇਆ ਫਿਰ। ਹੈ ਆਹ ਫਰਕ ਹੁੰਦਾ ਦੂਜੇ ਥਾਂ ਜਾਣ ਦਾ, ਇਹੋ ਜਿਹਾ ਸ਼ਹਿਰ 'ਚ ਜਾਣਾ ਤਾਂ ਉੱਥੇ ਜਾ ਕੇ ਤੇ ਥਾਂ ਲੈ ਕੇ ਤਾਂ ਰਹਿਣਾ ਵਾ। ਜੇ ਹੁਣ ਪਿੰਡ ਹੁੰਦੇ ਆਪਣੀ ਮੱਝ 'ਚ ਆਉਂਦੇ ਆਪਣੀ ਗਾਈਂ 'ਚ ਆਉਂਦੇ, ਆਪਣਾ ਚਾਹ ਪਾਣੀ ਪੀਂਦੇ, ਜੋ ਮਰਜ਼ੀ ਕਰਦੇ, ਦਹੀਂ ਲੱਸੀ ਵਾਧੂ। ਆ ਗਏ ਹੋ ਨਾ ਇੱਥੇ, ਮਰਨਾ ਤੁਸੀਂ ਭੁੱਖੇ ਹੀ ਆ ਇੱਥੇ। ਕੋਈ ਸੁੱਖ ਦੀ ਜ਼ਬਾਨ ਬੋਲੋ, ਇੱਦਾਂ ਦੀਆਂ ਗੱਲਾਂ ਤੁਸੀਂ ਉੱਥੇ ਕਰਦੇ, ਉਹੀ ਗੱਲਾਂ ਇੱਥੇ ਡੈ ਭੇਜੇ। ਇੱਥੇ ਆਣ ਕੇ ਨਾ ਇੱਦਾਂ ਬੋਲਿਆ ਕਰੋ, ਆਂਢ ਗੁਆਂਢ ਨੇ ਆਖਣਾ ਚੰਗੇ ਗੁਆਂਢੀ ਆਏ ਨੇ। ਜੇ ਸੁੱਖ ਮਿਲਿਆ ਨਾ ਤਾਂ ਸੁੱਖ ਲੱਲੋ, ਪਿੰਡ ਵਾਲੀਆਂ ਗੱਲਾਂ ਛੱਡ ਛੱਡੋ ਹੁਣ। ਵੇਲਾ ਕਦੇ ਸੋਚਿਆ ਸੀ ਸਾਨੂੰ ਵੀ ਇੰਨਾ ਸੋਹਣਾ ਘਰ ਮਿਲੇਗਾ ਜਿੱਥੇ ਹਰ ਇੱਕ ਚੀਜ਼ ਹੈਗੀ ਆ, ਰੱਬ ਦਾ ਕੋਈ ਪਤਾ ਨਹੀਂ ਕਿਹੜੇ ਵਾਲੇ ਦਿਨ ਬਦਲ ਦਿੰਦਾ। ਸ਼ਰਮਾ ਆਪਾਂ ਦੁੱਧ ਲੈ ਆਂਦਾ ਜੀ, ਨਾਲੇ ਦੇ ਸਾਹ ਤੇਰੇ ਫੇਵਰਟ ਬਿਸਕੁਟ ਵੀ ਆ ਤੇ ਦੇ ਦੇਣੀ ਕਿਸੇ ਨੂੰ। ਠੀਕ ਆਪਾਂ ਖਾਵਾਂਗੇ ਰਾਤ ਨੂੰ। ਠੀਕ ਆ, ਹਲ ਚਾਹ ਲੈ ਯਾਰ, ਦਵਾ ਦਵਾ ਲੈ। ਮੈਂ ਕਿਹਾ ਵੀ ਦੋ ਘੁੱਟ ਬਣਾਇਆ, ਕੱਪ ਵੇ ਕਿੱਦਾਂ ਭਰ ਕੇ ਲਿਆਂਦੇ ਆ। ਜੇ ਹੁਣ ਸ਼ਹਿਰ ਜਾ ਕੇ ਤੇ ਸ਼ਹਿਰੀਆਂ ਵਾਂਗੂ ਰਹੋ, ਉਹ ਪਹਿਲਾਂ ਗਲਾਸ ਜਿਹੜੇ ਦੇਸੀ ਚੱਲਣ ਡੇ ਉਹ ਕੰਮ ਤੁਹਾਡੇ। ਇੰਨਾ ਨਾ ਟੋਕਿਆ ਕਰੋ, ਤੁਹਾਨੂੰ ਬੈਠੇ ਬਣਾਇਆ ਖਾਣ ਨੂੰ ਮਿਲੀ ਜਾਂਦਾ ਤਾਂ ਟੋਕਦੇ ਜੇ ਇੰਨਾ। ਮੇਰੀ ਗੱਲ ਸੁਣ, ਜਿਹੜੀ ਸੱਚੀ ਗੱਲ ਹੈ ਨਾ ਉਹ ਤਾਂ ਮੈਂ ਕਰਨੋਂ ਰਹਿਣਾ ਨੀ, ਇਸੇ ਕਰਕੇ ਤੁਹਾਨੂੰ ਮੈਂ ਕਿਹਾ ਸੀ ਵੀ ਮੈਨੂੰ ਉੱਥੇ ਰਹਿਣ ਦਿਓ। ਜੇ ਹੁਣ ਇੱਥੇ ਲੈ ਆਏ ਹੋ ਨਾ ਗੱਲਾਂ ਤੇ ਤੁਹਾਨੂੰ ਸੁਣਨੀਆਂ ਪੈਣੀਆਂ ਮੇਰੀਆਂ। ਪੁੱਤ ਚਾਹ ਤਾਂ ਹੁਣ ਆਪਾਂ ਪੀ ਲਈ ਆ ਤੇ ਤੁਸੀਂ ਕੰਮ ਕਾਰ ਕਰ ਲਓ ਤੇ ਮੈਂ ਘੜੀ ਕੁ ਵਿਹੜੇ 'ਚ ਬਹਿੰਦੀ। ਕੋਈ ਨੀ, ਬਹਿ ਜਾਓ, ਚਲੋ ਆ ਜਾਓ, ਦੇਖ ਲੈਂਦੇ ਕੰਮ ਆਪਾਂ ਕੋਲ। ਚੱਲ ਨਵਾਂ ਕੀ ਬਣਾਉਣਾ, ਤੁਹਾਨੂੰ ਪਤਾ ਲੱਗਾ ਸੀ ਕਿ ਇਹ ਵੇਚਣ ਡੇ, ਅਸੀਂ ਆਖਿਆ ਚੱਲ ਇਹੋ ਲੈ ਲੈਣੇ ਆ। ਤੈਨੂੰ ਪਤਾ ਕੀ ਇੱਥੇ ਵੀ ਜਾ ਨਹੀਂ ਪਈ, ਸਾਡਾ ਘਰ ਲਾਗੇ, ਕਿਸੇ ਚੀਜ਼ ਦੀ ਲੋੜ ਹੋਵੇ ਸ਼ਰਨ ਪੁੱਤ ਬੀਜੀ ਉਹਨਾਂ ਵਾਸਤੇ ਚਾਹ ਬਣਾ ਕੇ ਲਿਆਓ। ਨਹੀਂ ਪੁੱਤ, ਚਾਹ ਮੈਂ ਪੀ ਕੇ ਆਈ ਆ ਤੇ ਚਾਹ ਨੀ ਹੁਣ ਪੀਣੀ, ਤੇ ਪਤਾ ਕੀ ਆਉਂਦੇ ਜਾਂਦੇ ਰਿਹਾ ਕਰੋ, ਮਿਲਦੇ ਚੰਗੇ ਲੱਗੀ ਦਾ, ਦੋ ਮਿੰਟ ਲੱਗਣੇ ਆਂਢ ਗੁਆਂਢ ਵਾ ਤੇ ਚੰਗੇ ਮਿਲਦੇ ਜੁਲਦੇ ਚੰਗੇ ਲੱਗੀ ਦਾ। ਚਲੋ ਕੋਈ ਗੱਲ ਨੀ, ਉਹਦਾ ਜੇ ਚਾਹ ਪੀ ਜਾਂਦੇ ਤੇ ਵਧੀਆ ਗੱਲ ਨੀ। ਕੋਈ ਗੱਲ ਨੀ, ਚਾਹ ਫੇਰ ਪੀ ਲਾਂਗੇ। ਚਲੋ ਫਿਰ ਤੁਹਾਡੀ ਮਰਜ਼ੀ, ਹੁਣ ਆਉਂਦੇ ਜਾਂਦੇ ਰਹੋ। ਠੀਕ ਆ, ਚਲੋ ਠੀਕ ਆ। ਚਲੋ ਆਂਢ ਗੁਆਂਢ ਦਾ ਬੜਾ ਸੁੱਖ ਹੁੰਦਾ ਵਾ, ਓਦਾਂ ਵੇਖਣ ਤੋਂ ਮੈਨੂੰ ਬੜੇ ਚੰਗੇ ਲੱਗਣ ਡਏ, ਨਾਲੇ ਸਿਆਣੇ ਸਮਝਦਾਰ ਨੇ। ਏਸੀ ਚੌਵੀ ਘੰਟੇ ਲਾਵਾਂ ਕਰਾਂਗੇ, ਆਪੇ ਬਿੱਲ ਤਾਰਨਗੇ। ਮੈਂ ਤੇ ਆਪਣੇ ਕਮਰੇ ਚ ਮਾਸਾ ਗੰਦ ਨਹੀਂ ਪੈਣ ਦੇਣਾ। ਕਿੰਨਾ ਸੋਹਣਾ ਘਰ ਹੈ, ਵੇਖ ਵੇਖ ਕੇ ਭੁੱਖ ਲੱਗਦੀ।
ਭਾਂਡਿਆਂ ਦਾ ਕੰਮ ਨਿਬੜ ਗਿਆ ਆ, ਰਸੋਈ ਸਾਰੀ ਸਾਫ਼ ਹੋ ਗਈ ਆ ਤੇ ਸਾਫ਼ ਸਫ਼ਾਈ ਦਾ ਵੀ ਕੰਮ ਜ਼ਿਆਦਾ ਨਿਬੇੜ ਲਿਆ ਹੋਣਾ ਸ਼ਰਨ ਨੇ। ਓਦਾਂ ਤਾਂ ਚਲੋ ਠੀਕ ਆ, ਬਾਕੀ ਸਾਰਾ ਕੁਛ ਵਧੀਆ ਵਾ, ਪਰ ਇੱਕ ਜਿਹੜਾ ਬਾਪੂ ਆ ਨਾ ਸਾਡਾ, ਇਹ ਨਹੀਂ ਕਿਸੇ ਬੰਦੇ ਲੱਗਣ ਦਿੰਦਾ। ਇਹਦਾ ਪਿੰਡ ਵੀ ਇਹੋ ਹਾਲ ਸੀ, ਇੱਥੇ ਆ ਕੇ ਫਿਰ ਉਹ ਗੱਲਾਂ ਹੀ। ਕਮ ਸੇ ਕਮ ਸ਼ਹਿਰ ਆਏ ਹਾਂ, ਹੁਣ ਤਾਂ ਬਦਲ ਜਾਓ। ਮਾਰਦਾ ਰਹੇ ਕਰੋ ਰੈਸਟ, ਪੰਜ ਮਿੰਟ ਦਾ ਕਹਿਣਾ ਠੰਡਾ ਹੋ ਜਾਣਾ ਕਮਰਾ। ਚੱਲ ਠੀਕ ਆ, ਕੋਈ ਮੈਂ ਕਹਿ ਦੂੰਗੀ ਨਹੀਂ ਆਉਂਦੀ ਅੰਦਰ। ਇੱਦਾਂ ਕਰਦੀ ਆ, ਮੰਮੀ ਨੂੰ ਫੋਨ ਲਾਉਂਦੀ ਆ, ਕਿੰਨੇ ਦਿਨ ਹੋ ਗਏ ਗੱਲ ਹੀ ਨਹੀਂ ਹੋਈ। ਚੁੱਪ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਮੰਮੀ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਆ? ਵਧੀਆ, ਤੁਸੀਂ ਸੁਣਾਓ? ਆਪਣਾ ਵੀ ਵਧੀਆ ਜੀ। ਹੋਰ ਕੀ ਗੱਲ ਆ, ਤੁਸੀਂ ਕਦੇ ਫੋਨ ਹੀ ਨਹੀਂ ਲਾਇਆ। ਮੈਂ ਵੀ ਠੀਕ ਆ ਮੰਮੀ, ਹੁਣ ਤੇ ਨਵੇਂ ਘਰ ਆ ਗਿਆ ਤੇ ਬੜਾ ਸੋਹਣਾ ਘਰ, ਤੁਹਾਨੂੰ ਦੱਸਿਆ ਸੀ ਪਹਿਲਾਂ। ਠੀਕ ਆ ਠੀਕ ਆ, ਚੱਲ ਫੇਰ ਤੇ ਬੜਾ ਵਧੀਆ ਹੋ ਗਿਆ ਪੁੱਤ, ਤੇ ਮੌਜਾਂ ਹੀ ਲੱਗੀਆਂ ਨੇ ਕਿ। ਮੇਰੀ ਗੱਲ ਸੁਣ ਸੱਚ, ਫਿਰ ਹੁਣ ਸੁਣਾਉਣ ਤਾਂ ਪਿਤਾ ਕਦੇ ਰਹਿੰਦੀ ਆ? ਤੂੰ ਉਹਨੇ ਕਿੱਥੇ ਜਾਣਾ ਮੰਮੀ, ਉਹਨੇ ਤੇ ਇੱਥੇ ਹੀ ਰਹਿਣਾ। ਮੰਮੀ ਉਹ ਤੇ ਹੈਗਾ, ਪਰ ਏਦਾਂ ਵਾ ਕਿ ਮੈਂ ਜੱਗੀ ਨਾਲ ਗੱਲ ਕਰਾਂਗੀ, ਜੇ ਉਹ ਮੰਨ ਗਏ ਨਾ। ਮੇਰੀ ਗੱਲ ਸੁਣ, ਮੇਰੀ ਗੱਲ ਸੁਣ, ਮੈਨੂੰ ਪਤਾ ਤੇਰੀ ਨਨਾਣ ਆਉਂਦੀ ਆ, ਮੈਂ ਵਿਆਹ ਨਹੀਂ ਕਰਾਉਣਾ, ਉਹਨੂੰ ਕੀ ਹੈ, ਉਹਦਾ ਤੇ ਇਹ ਹੈ ਕਿ ਮੈਂ ਰਹਿ ਜਾਂਦੀ ਹਾਂ ਇੱਥੇ। ਮੇਰੀ ਗੱਲ ਸੁਣ, ਤੂੰ ਜੱਗੀ ਨਾਲ ਗੱਲ ਕਰ, ਉਹਨੂੰ ਸਮਝਾ ਵੀ ਜੱਗੀ ਇਹਦਾ ਕਰੋ ਵਿਆਹ। ਮੰਮੀ ਗੱਲ ਏਦਾਂ ਵਾ ਨਾ, ਉਹਦੇ ਕੋਲ ਪੈਸੇ ਬੜੇ ਨੇ, ਉਹਨੂੰ ਇਹ ਆ ਕਿ ਮੇਰੀ ਜ਼ਿੰਦਗੀ ਇੱਥੇ ਹੀ ਲੰਘ ਜਾਣੀ ਆ, ਮੈਨੂੰ ਤਾਂ ਲੋੜ ਹੀ ਨਹੀਂ ਵਿਆਹ ਕਰਾਉਣ ਦੀ। ਮੇਰੀ ਗੱਲ ਸੁਣ, ਪੈਸੇ ਕੋਈ ਮੁੜ ਕੇ ਪੇਠੇ ਨਹੀਂ ਦਿੰਦੇ ਹੁੰਦੇ, ਘਰ ਬਾਰ ਤੁਸੀਂ ਲੱਲਿਆ, ਗੱਡੀ ਗੁੱਡੀ ਲੱਲੀ, ਠੀਕ ਵਾ, ਕੋਈ ਨੀ, ਆਪੇ ਮੁੜ ਕੇ ਜੱਗੀ ਕੋਈ ਕੰਮ ਕਰਕੇ ਰਹਿ ਗਰੂ, ਨਾਲੇ ਉਹ ਪੈਸੇ ਤੁਹਾਨੂੰ ਮਿਲ ਹੀ ਜਾਣੇ ਆ, ਕੋਈ ਗੱਲ ਨੀ ਹੈਗੀ, ਹੁਣ ਕੀ ਨਾਲ ਲੈ ਜੂਗੀ ਤੇ ਇਹਨੂੰ ਵਿਆਹ ਮਾੜੇ ਮੋਟਾ ਥਾਂ ਲੱਭ ਕੇ। ਆਹੋ ਨਹੀਂ ਚਾਹੀਦਾ ਤਾਂ ਸਹੀ ਆ, ਇਹਦੀ ਕਿਤੇ ਉਮਰ ਲੰਘ ਗਈ ਹਜੇ। ਆਹੋ ਤੇ ਚਲੋ ਕੋਈ ਨੀ, ਮੈਂ ਕਰਦੀ ਆ ਘਰ ਗੱਲ, ਜੇ ਬਣਦੀ ਆ ਨਾ ਗੱਲ ਆਪਣੀ ਸਿਹਤ ਦਾ ਧਿਆਨ ਰੱਖਿਓ ਤੁਸੀਂ। ਨਹੀਂ ਮੇਰੀ ਸਿਹਤ ਦੀ ਛੱਡ, ਮੈਂ ਤੇ ਇੱਥੇ ਰੋਲਣ ਨਹੀਂ ਡਈ ਆ, ਤੈਨੂੰ ਕਿਤੇ ਇੱਥੇ ਹੀ ਲੈ ਜਾ, ਮੈਨੂੰ ਵੀ ਲੱਗੇ। ਕੋਈ ਨੀ ਲੈ ਆਵਾਂਗੀ, ਟੈਨਸ਼ਨ ਨਾ ਲਓ, ਇਹ ਜਾਂਦੀ ਆ ਨਾ ਫੇਰ ਹੀ ਲਿਆਵਾਂਗੀ ਨਾ, ਹੁਣ ਇੱਥੇ ਤੁਹਾਨੂੰ ਵੀ ਲੈ ਕੇ ਬਿਠਾ ਦਾਂ ਤੇ ਇਹਨਾਂ ਦੀਆਂ ਗੱਲਾਂ ਸੁਣਾ। ਮਾੜੇ ਮੋਟੇ ਘਰ ਕਿਤੇ ਵਿਆਹ ਹੋ ਜਾਏਗਾ ਨਾ ਤੇ ਸਾਡੇ ਤੇ ਗਲੋਂ ਲੱਥੇਗੀ, ਸਾਰਾ ਕੁਝ ਸਾਨੂੰ ਮਿਲ ਜਾਏਗਾ, ਇਹੀ ਤੇ ਆਪਾਂ ਚਾਹੁੰਦੇ ਆ। ਮੈਨੂੰ ਆਪਣਾ ਆਪ ਦਿਖਣ ਡਿਆ ਵਾ, ਮੈਨੂੰ ਪਤਾ ਵਾ, ਪਤਾ ਨੀ ਹੁਣ ਕਿੰਨਾ ਕੁ ਟਾਈਮ ਮੇਰਾ ਰਹਿ ਗਿਆ ਤੇ ਮੇਰਾ ਪੁੱਤ ਵਿਆਹ ਕਰਾ ਲਾ, ਤੂੰ ਰੁਲ ਜੇਗਾ। ਮੰਮੀ ਕੁਛ ਨੀ ਹੋਣਾ ਤੁਹਾਨੂੰ, ਤੁਸੀਂ ਐਵੇਂ ਏਦਾਂ ਦੀਆਂ ਗੱਲਾਂ ਨਾ ਸੋਚਿਆ ਕਰੋ, ਦਵਾਈ ਖਾਣੀ ਆ ਨਾ ਤੇ ਫਿਰ ਠੀਕ ਹੋ ਜਾਣਾ ਸਰੀਰ ਤੁਹਾਡਾ। ਨਹੀਂ ਪੁੱਤ, ਹੁਣ ਮੈਂ ਠੀਕ ਨੀ ਗਾ ਹੋਣਾ, ਜਿਹੜਾ ਕੰਮ ਮੇਰੇ ਅੰਦਰ ਵਾ ਨਾ ਉਹ ਮੈਨੂੰ ਹੀ ਪਤਾ ਵਾ ਪੁੱਤ, ਹੁਣ ਮੈਂ ਠੀਕ ਨੀ ਗਾ ਹੋਣਾ ਤੇ ਤੂੰ ਮੇਰਾ ਪੁੱਤ ਵਿਆਹ ਕਰਾਵਾ ਜੇ ਤੇ ਨਾ ਕਰ। ਮੈਂ ਤਾਂ ਤੁਹਾਨੂੰ ਕਹਿੰਦਾ ਵਾ ਕਿ ਟੈਨਸ਼ਨ ਨਾ ਲਿਆ ਕਰੋ, ਜਿਹੜਾ ਕੰਮ ਸਾਡੇ ਨਾਲ ਹੋਣਾ ਹੀ ਹੋ ਗਿਆ ਵਾ। ਪੁੱਤ ਟੈਨਸ਼ਨ ਕਿੱਦਾਂ ਨਾ ਲਵਾਂ, ਟੈਨਸ਼ਨ ਤੇ ਬਦੋ ਵਧੀਆ ਹੁੰਦੀ ਆ। ਵੇ ਪੁੱਤ ਕੀ ਵੇਖ ਕੇ ਜੀਵਾਂ, ਤੂੰ ਵੀ ਸਿਆਣਾ ਵਾ,
ਵੇਖ ਲਾ ਇੱਥੋਂ ਹਿੱਸਾ ਖੜ ਕੇ ਨਾ ਤੇ ਆਪਣੇ ਮਾਂ ਪਿਓ ਨੂੰ ਪਾਲਣ ਡਈ ਆ ਤੇ ਕਿੱਦਾਂ ਐਸ਼ਾਂ ਕਰਨ ਡੇ ਸਾਰਾ ਟੱਬਰ ਹੈ ਵੇਖ ਲਾ ਕਿੰਨੇ ਲਾਲਚੀ ਰਿਸ਼ਤੇਦਾਰ ਨਿਕਲੇ ਆ ਮੰਮੀ ਇਹਨਾਂ ਦੇ ਅੱਗੇ ਆਉਣੀਆਂ ਵਾ ਸਾਰੀਆਂ ਤੁਸੀਂ ਕਿਉਂ ਫਿਕਰ ਕਰਦੇ ਜੇ ਅੱਜ ਨਹੀਂ ਤੇ ਕੱਲ ਇਹਨੂੰ ਪੱਕਾ ਪਤਾ ਲੱਗਣਾ ਹੀ ਲੱਗਣਾ ਵਾ ਕਿ ਕਿੰਨਾ ਗਲਤ ਕੰਮ ਇਹਨੇ ਕੀਤਾ ਵਾ ਪੁੱਤ ਸਾਡਾ ਤੇ ਨੁਕਸਾਨ ਕਿੰਨਾ ਹੋ ਗਿਆ ਨਾ ਹੁਣ ਪਤਾ ਲੱਗੇ ਨਾ ਲੱਗੇ ਸਾਨੂੰ ਕੀ ਦੱਸ ਆਹੀ ਵੀ ਗੱਲ ਤਾਂ ਸਹੀ ਆ ਪਰ ਪੁੱਤ ਜਿਹੜੀ ਮੈਂ ਗੱਲ ਕਹਿਣ ਦੀ ਆ ਨਾ ਉਹ ਤੇ ਅਸਰ ਕਰੀ ਮੇਰਾ ਪੁੱਤ ਮੈਂ ਕਿੰਨਾ ਚਿਰ ਕੱਢਣਾ ਵਾ ਹੁਣ ਚਲੋ ਕੋਈ ਨਹੀਂ ਵੇਖ ਜੇ ਮੇਰੀ ਗੱਲ ਮੰਨ ਜੇ ਨਾ ਪੁੱਤ ਤੇ ਚੰਗਾ ਰਹਿ ਜਾਏਗਾ